ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਸਾਰੇ ਠੀਕ ਠਾਕ ਹੋ? ਤੇ ਆ ਗਏ ਆਪਾਂ ਦੀਪ ਮੋਠੂ ਜੀ ਦੇ ਨਾਲ। ਮੋਠੂ ਸਾਹਿਬ ਜੀ, ਕੁਛ ਕਰਾਉਣ ਚੱਲੇ? ਕੀ ਕਰਾਉਣ ਚੱਲੇ ਮੋਠੂ ਸਾਹਿਬ? ਪਰਨਾ ਆਪਾਂ ਮੰਨ ਲਿਆ ਵਾ, ਤੇ ਇੱਕ ਦੋ ਕੰਮ ਆ ਉਹ ਕਰਾਈਏ ਵੀ, ਜਿਹੜੀਆਂ ਸੰਦੀਪ ਦੇ ਜੀ ਨਾਲ ਇਹਨਾਂ ਨੂੰ ਮਤਲਬ ਫਿਟਿੰਗ 'ਚ ਕਰਾਉਣਾ ਵਾ ਵੀ ਥੋੜ੍ਹਾ। ਹਾਂ ਹਾਂ, ਚਲੋ ਚੱਲੀਏ। ਮੈਂ ਤਾਂ ਇਹੀ ਲੱਭਣ ਡਿਆ ਭਾਜੀ ਨੂੰ ਕੰਮ ਆ, ਜੀਨਾ ਫਿੱਟ ਕਰਾਉਣ ਚੱਲਾਂ ਨਾ। ਚੰਗੀ ਤਰ੍ਹਾਂ ਕਰਾਈ, ਠੀਕ ਹੈ? ਤੇ ਉਹ ਚ ਕੱਲੀ ਕੱਲੀ ਚੀਜ਼ ਲੱਭਣੀ ਚਾਹੀਦੀ ਜੀਨ ਚੋ। ਅੱਜ ਮੈਂ ਇੱਥੇ ਨੇੜੇ ਜਾਣਾ ਹੈ, ਬਾਈਕ ਤੇ ਚਲੇ ਜਾਂਦੇ ਹਾਂ। ਸਮਾਨ ਜਿਹੜਾ ਨਹੀਂ ਆ ਮੈਂ ਪਹਿਲਾਂ ਦਾ ਟੰਗ ਲਿਆ। ਚਲੋ ਚੱਲੀਏ, ਚਲੋ ਜੀਨਾ ਸੈੱਟ ਕਰਾ ਕੇ ਆਈਏ ਆਪਾਂ ਅੱਜ। ਮੋਟਰਸਾਈਕਲ ਤੇ ਜਾਣਾ ਹੀ ਮਾਮਾ, ਗੱਡੀ ਗੁੱਡੀ ਕੱਢ ਲਾ, ਜੀਨਾ ਭਾਰੀਆਂ ਹੋਣੀਆਂ ਸੰਦੀਪ ਦੀਆਂ। ਭੈਣ ਜੀਨਾ ਨੂੰ ਕੀ ਕਹੀ ਜਾਣ ਡਿਆ? ਸਮਾਨ ਜਿਹੜਾ ਨਹੀਂ ਆ ਮੈਂ ਪਹਿਲਾਂ ਦਾ ਟੰਗ ਲਿਆ। ਸਮਾਨ ਸਮਾਨ ਪਾਉਂਦੀ ਜੀ ਕਿ ਜੀਨਾ ਪਾਉਂਦੀ ਆ? ਸਾਲਾ ਜੀਨਾ ਨੂੰ ਸਮਾਨ ਕਹੀ ਜਾਣ ਡਿਆ ਭੈਣ। ਹੁਣ ਆਪਾਂ ਟੂਰ ਵਾਸਤੇ ਨਾ ਮਸਾਲੇ ਵਗੈਰਾ ਪੈਕ ਕਰ ਲਾਂਗੇ ਡੱਬੀਆਂ ਦੇ ਵਿੱਚ। ਇਹ ਕੁਛ ਨਹੀਂ ਕਰਾਉਂਦੇ ਗੇ ਲਾਗੂ। ਸਹੀ ਗੱਲ ਭਾਬੀ, ਤੂੰ ਬੰਦਾ ਹੀ ਫੁੱਦੂ ਚੁਣਿਆ, ਕੀ ਕਰ ਸਕਦਾ ਹੁਣ ਤੈਨੂੰ? ਤੂੰ ਮੋਠੂ ਜਿਹਾ ਚੁਣ ਲਿਆ ਵਾ, ਚਲੋ ਹੁਣ ਹੰਢਾਓ ਇਹਦੇ ਨਾਲ, ਕੀ ਕਰ ਸਕਦੇ? ਕਹਿ ਕਹਿ ਕੇ ਕਰਾਉਣਾ ਪੈਣਾ ਵਾ, ਕੰਮ ਸਾਰੇ ਕਹਿ ਕੇ ਹੀ ਹੋਣੇ ਨੇ। ਇਹਨੂੰ ਵੀ ਕਿਸੇ ਦਾ ਪਤਾ, ਲੱਲੂ ਰਾਮ ਤੇ ਹੈਗਾ, ਇਹਨੂੰ ਥੋੜ੍ਹੀ ਜਿਹੀ ਸਵੇਰੇ ਉੱਠ ਕੇ ਸਲਫਾਜ ਦਿਆ ਕਰ, ਆਪੇ ਸਹੀ ਹੋ ਜਾਣਾ ਇਹਨੇ। ਹੁਣ ਸਾਰਾ ਮਸਾਲੇ ਮਸੂਲੇ ਜਿਹੜੇ ਪੈਕ ਕਰ ਲਾਂਗੇ। ਇਹ ਆਪਣਾ ਜਿਹੜਾ ਨਹੀਂ ਹੈ ਸਮਾਨ ਹੈ, ਜਿਹੜਾ ਆਪਾਂ ਜਾਂਦੇ ਕਿਤੇ ਵੀ ਘੁੰਮਣ ਵਾਸਤੇ, ਅਤੇ ਵੱਖਰਾ ਲਿਫਾਫਾ ਰੱਖਿਆ ਹੋਇਆ। ਹਾਂ ਸਹੀ ਕੀਤਾ ਤੂੰ, ਮਸਾਲਿਆਂ ਨਾਲ ਲਿਫਾਫਾ ਵੱਖਰਾ ਰੱਖ ਲਿਆ, ਪਰ ਇਹ ਭੁਲੇਖੇ ਨਾਲ ਕਿਤੇ ਸਲਫਾ ਜਿਹੜਾ ਨਾ ਲੈ ਜੀ, ਸੰਦੀਪ ਨੂੰ ਸਮਝਾ ਦੇ। ਇਹ ਨਾ ਹੋਵੇ ਭੈਣ ਸਾਰੇ ਖਾ ਕੇ ਅਤੇ ਬਾਅਦ ਵਿੱਚ ਆਹ ਉਹ ਕਿਹੜਾ ਅਸਰ ਕਰਨੀ। ਕੋਈ ਨਹੀਂ, ਲੈ ਜਾਓ ਉਹ ਵੀ ਲੈ ਜਾਓ, ਕੋਈ ਗੱਲ ਨਹੀਂ। ਨਾ ਜਾਓ ਉਹ ਮੋਠੂ ਸਾਹਿਬ, ਉਹਨੂੰ ਗੁੱਸਾ ਨਾ ਚੜਾਓ, ਉਹ ਨਾ ਹੋਏ ਉਹ ਬਾਅਦ ਵਿੱਚ ਤੁਹਾਡੇ ਨਾਲ ਟੂਰ ਤੇ ਜਾਏ ਨਾ, ਤੇ ਤੁਹਾਡੇ ਵਲੌਗ ਵਿੱਚ ਰਹੇ ਨੇ, ਫਿਰ ਵਿਊ ਨਹੀਂ ਆਉਣੇ, ਤੇ ਵਿਖਾਓਗੇ ਕੀ? ਫਿਰ ਤੂੰ ਸਾਰੇ ਰਸਤੇ 'ਚ ਜਾਂਦੇ ਇੱਕੋ ਗੱਲ ਹੀ ਕਹਿਣੀ, ਯਾਰ ਕਾਸ਼ ਸੰਦੀਪ ਨਾਲ ਆ ਜਾਂਦੀ ਤੇ ਵਲੌਗ ਘੈਂਟ ਬਣ ਜਾਣਾ ਸੀ। ਮੇਰੇ ਹਿਸਾਬ ਨਾਲ ਸਾਲੀ ਨੇ ਵੀ ਜਾਣਾ ਨਾ, ਹੈਂ ਤਦੇ ਕਹਿਣ ਡਿਆ ਨਾ ਜਾਓ, ਸਾਲੀ 'ਤੇ ਕੈਮਰਾ ਮਾਰਾਂਗੇ। ਠੀਕ ਹੈ, ਤੈਨੂੰ ਬਹੁਤਾ ਪਤਾ, ਤੈਨੂੰ ਉਦਾਂ ਹੀ ਇਕੱਠੀ ਹੋਈ ਹੈ, ਇਹ ਵੀ ਠੀਕ ਹੈ। ਸਾਰਾ ਕੁਝ ਠੀਕ ਆ ਤੇ ਖਰਾਬ ਕੀ ਹੈ? ਖਰਾਬ ਇਹਦਾ ਦਿਮਾਗ ਆ, ਇਹ ਚੱਪਲ ਫੜ ਦੇ ਸਿਰ ਚ ਮਾਰ, ਚੱਪਲ ਇਹਦਾ ਦਿਮਾਗ ਸਹੀ ਹੋਵੇ। ਮੈਂ ਅੰਮ੍ਰਿਤਸਰ ਜਾਂਦੇ ਨਾ, ਕਿੰਨੀ ਵਾਰੀ ਗਏ ਅੰਮ੍ਰਿਤਸਰ ਤੁਸੀਂ? ਉੱਥੇ ਇੱਕ ਮੈਂਟਲ ਹੋਸਪਿਟਲ ਆ, ਉੱਥੇ ਇਹਨੂੰ ਦਾਖਲ ਕਰਾ ਕੇ ਆ, ਆਪੇ ਸਹੀ ਹੋ ਜਾਣਾ। ਯਾਰ ਉਹ ਵੀ ਡਰਦੀ ਹੋਣੀ, ਕਿਤੇ ਉੱਥੇ ਮੈਂਟਲ ਹੋਸਪਿਟਲ ਛੱਡ ਆ, ਉੱਥੇ ਕਿਤੇ ਸਾਰੇ ਪਾਗਲਾਂ ਨੂੰ ਕਿਤੇ ਵਲੋਗ ਬਣਾਉਣ ਨਾ ਲਾ ਦੇ। ਅੱਜ ਗੱਡੀ ਦੇ ਵਿੱਚ ਨਾ ਆਪਣਾ ਉਹਦੀ ਸੀਟਾਂ ਸੁੱਟ ਕੇ ਬੈੱਡ ਬਣ ਜਾਂਦਾ, 7 ਸੀਟਰ ਗੱਡੀ ਹੈ ਮੇਰੀ। ਸਾਨੂੰ ਪਤਾ ਹੈ ਤੁਸੀਂ ਭਾਜੀ 7 ਸੀਟਰ ਗੱਡੀ ਲਈ ਆ, 50 ਵਾਰੀ ਤੁਸੀਂ ਬਲੋਗਾਂ 'ਚ ਦੱਸਤਾ ਵਾ 7 ਸੀਟਰ ਗੱਡੀ ਹੈ ਮੇਰੀ, ਉਹ 'ਚ ਗੱਦਾ ਸੁੱਟੀਏ। ਚਲੋ ਚਲੋ ਗੱਦਾ ਸੁੱਟੀਏ, ਚਲਾਓ ਪਹਿਲਾਂ ਗੱਦਾ ਸੁੱਟੀਏ, ਬਾਕੀ ਕੰਮ ਬਾਅਦ 'ਚ ਕਰਨੇ ਆਪਾਂ, ਪਹਿਲਾਂ ਗੱਦਾ ਸੁੱਟੀਏ ਆਓ। ਲੈ ਵੀ ਮੈਂ ਲਾਉਣ ਡਿਆ ਹਿਸਾਬ ਵੀ, ਭਲਾ ਬੰਦਾ ਲੰਮੇ ਪੈ ਸਕਦਾ ਵਾ, ਤੇ ਬੜਾ ਵਧੀਆ ਪੈ ਸਕਦਾ ਬੰਦਾ ਲੰਮੇ ਇੱਦਾਂ। ਉਹ ਮੋਠੂ ਸਾਹਿਬ, ਬੰਦਾ ਤੇ ਲੰਮੇ ਪੈ ਸਕਦਾ, ਤੇਰੇ ਨਾਲ ਜਨਾਨੀਆਂ ਵੀ ਜਾਣੀਆਂ ਵਾ, ਜਨਾਨੀਆਂ ਦਾ ਵੀ ਹਿਸਾਬ ਕਿਤਾਬ ਲਾ। ਸੰਦੀਪ ਨੂੰ ਲੰਮੀ ਪਾ ਕੇ ਵੇਖ, ਤੇ ਉਹ ਵੀ ਪੈ ਸਕਦੀ ਹੈ ਕਿ ਨਹੀਂ ਲੰਮੇ? ਚੱਲ ਉਹਨੂੰ ਵੀ ਪਾ ਲੰਮੇ, ਆਵੇਂ ਮੈਂ ਵੇਖਾਂ ਪੈ ਸਕਦੀ ਕਿ ਨਹੀਂ। ਕੈਮਰਾ ਜਿਹੜਾ ਆ ਇਹ ਫੁੱਲ ਬੜਾ ਫੁੱਲ ਆਪਾਂ ਚਾਰਜਰ ਕਰ ਲਿਆ ਹੈ, ਇਹਨੇ ਬਹੁਤ ਜ਼ਿਆਦਾ ਕੰਮ ਦੇਣਾ ਆਪਾਂ ਨੂੰ। ਇਹ ਕੈਮਰਾ ਲਈ ਨੂੰ ਨਾ ਮੈਨੂੰ ਘੱਟੋ ਘੱਟ ਨਹੀਂ ਤਾਂ 1 ਸਾਲ ਹੋ ਗਿਆ, ਤੇ ਬੈੱਡ 'ਚ ਪਿਆ, ਕਦੀ ਵਰਤਿਆ ਨਹੀਂ ਐਵੇਂ, ਤਾਂ ਨਾ ਤੁਹਾਨੂੰ ਕਦੀ ਵਲੌਗਿੰਗ ਦੇ ਵਿੱਚ ਜ਼ਿਆਦਾ ਦਿਖਾਇਆ ਹੀ ਆ। ਉਹ ਮਾਮਾ, ਇਹ ਕੈਮਰੇ ਨੇ ਵਾਕਈ ਬੜਾ ਕੰਮ ਦੇਣਾ ਹੀ ਹੋ, ਸੰਦੀਪ ਇਹਦੇ 'ਚ ਬਹੁਤ ਕਲੀਅਰ ਦਿਖਣੀ ਹੈ, ਅਤੇ ਜਿਹੜੀ ਜਿਹੜੀ ਚੀਜ਼ ਤੂੰ ਦਿਖਾਉਣਾ ਚਾਹੁੰਦਾ ਨਾ ਕੈਮਰੇ ਵਿੱਚ, ਉਹ ਸਾਰੀਆਂ ਚੀਜ਼ਾਂ ਇਹਦੇ 'ਚ ਬੜੀਆਂ ਕਲੀਅਰ ਦਿਖਣੀਆਂ ਵਾ, ਅਤੇ ਤੇਰੇ ਵਿਊ ਆਟੋਮੈਟਿਕਲੀ ਵੱਧ ਜਾਣੇ ਆ, ਅਤੇ ਸਾਲੀ ਵੀ ਚੱਲੀ ਆ ਉਹਦੇ 'ਤੇ ਵੀ ਫੋਕਸ ਮਾਰੀ ਹੈ ਮਾਮਾ, ਕਲੈਰਿਟੀ ਬੜੀ ਇਹਦੇ ਨਾਲ, ਐਵੇਂ ਤੂੰ ਭੈਣ 'ਚ ਦਾ ਫੋਨ 'ਤੇ ਬਣਾਈ ਜਾਂਦਾ, ਇਹਦੇ ਨਾਲ ਬਣਾਇਆ ਕਰ। ਆਹ ਲੈ ਕੇ ਚੱਲ ਆਹ ਵਾਲਾ ਕੈਮਰਾ, ਪਾ ਇਹਨੂੰ ਵੀ ਬੈਗ 'ਚ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਚੱਲੇ ਸੀਗੇ ਸਾਰੀ ਫੈਮਿਲੀ ਮਾਰਕੀਟ। ਸਤਿ ਸ਼੍ਰੀ ਅਕਾਲ ਜੀ ਸੰਦੀਪ ਭਾਬੀ ਜੀ, ਕੀ ਹਾਲ ਚਾਲ? ਠੀਕ ਠਾਕ? ਮਾਰਕੀਟ ਚੱਲੇ ਹੋ? ਪਹਿਲੀ ਵਾਰੀ ਚੱਲੇ ਹੋ ਮਾਰਕੀਟ? ਠੀਕ ਆ, ਅੱਜ ਭੈਣ ਜੀ ਸੰਦੀਪ ਭਾਬੀ ਵਲੌਗ ਬਣਾਉਣ ਦੀ, ਭੱਲੇ ਆ ਤੇਰੇ। ਮੋਠੂ ਸਾਹਿਬ ਕਿੱਥੇ ਆ?
ਕੀ ਗੱਲ ਬਿਮਾਰ ਮੂੰਹ ਤੇ ਨੀ ਪੈ ਗਿਆ ਸਫਾਈ ਵੱਧ ਖਾਲੀ ਹੋਏ ਕਿਤੇ ਤੇ ਇਹ ਤੇ ਹੋ ਗਏ ਨੇ ਹੁਣ ਰੈਡੀ ਤੇ ਮੰਮੀ ਪਾਪਾ ਹੁਣ ਹੀ ਨਹੀਂ ਹੋਏ ਹਲੇ ਲੱਗਦਾ ਅੱਜ ਮੋਠੂ ਸਾਹਿਬ ਆਪ ਸੰਦੀਪ ਬਣੇ ਨੇ ਬੈੱਡ ਤੇ ਕਿੱਦਾਂ ਬੈਠਾ ਹੈ ਬਾਹਰ ਮੇਰੇ ਮੇਰੇ ਕੈਮਰਾ ਮਾਰ ਮੈਂ ਰੈਡੀ ਹੋ ਗਿਆ ਇੱਧਰ ਇੱਧਰ ਕੈਮਰਾ ਮਾਰ ਵੇਖ ਫਿਰ ਆਉਂਦਾ ਯਾਰ ਵਿਊ ਲਈ ਵੇਖੋ ਕੀ ਕਰਤਾ ਉਹਨੂੰ ਬਲੌਗ ਬਣਾਉਣਾ ਸਟਾਰਟ ਕਰਤਾ ਵਿਊ ਘੱਟ ਗਏ ਨਾ ਚੈਨਲ ਤੇ ਹੁਣ ਭਾਈ ਦੇ ਤੇ ਵਿਊ ਨਹੀਂ ਆਉਣ ਡੇ ਹੁਣ ਕਹਿੰਦਾ ਸੰਦੀਪ ਤੂੰ ਥੋੜਾ ਜਿਹਾ ਬੋਲਿਆ ਕਰ ਕੀ ਪਤਾ ਤੇਰੇ ਬੋਲਣਾ ਵਿਊ ਆਏਣ चश्मा लगाना मैं भूल गई चश्मा लगाओ ना सर क्या नाम है आपका ओ लाला चश्मा दी मठारू दे पलेके के होर ना ना तुजी फिर दी मठारू ने सरफाज खादी होवे भैन फिर वायरल होया होवे ते तो न्यूज़ च होया ही वेखी न्यूज़ सारे ने आओ वेखिए फिर न्यूज़ ज्यादा ताजी हो जांदी है नाले इंस्टाग्राम स्टार दीप मठारू ने अमरीका च रह रही अपनी प्रेमिका दे किसी होर नौजवान नाल प्रेम संबंध होने ते दुखी होके सरफाज खा के आत्महत्या दा यतन किया है ਇੱਕ ਮੈਂ ਹੋਰ ਚੀਜ਼ ਵੇਖਣ ਡਿਆ ਹੈ ਦੀਪ ਮੋਠੋ ਦੀ ਆਪਣੀ ਘਰ ਵਾਲੇ ਨੂੰ ਜਿਹੜੀਆਂ ਫਿਟਿੰਗ ਕਰਾ ਕੇ ਜੀਨਾਂ ਲਿਆਂਦੀਆਂ ਉਹ ਪਵਾ ਕੇ ਪੁੱਛਣ ਡਿਆ ਦੱਸੋ ਕਿੱਦਾਂ ਦੀ ਲੱਗੀ ਦੀਪ ਹੁਣਾਂ ਨੇ ਜਿਹੜੀ ਡਰੈਸ ਹੁਣੇ ਲੈ ਕੇ ਆਏ ਸੀ ਉਹ ਵੇਅਰ ਕਰਕੇ ਦੇਖੀ ਕਹਿੰਦੇ ਕਿਵੇਂ ਲੱਗ ਰਹੀ ਯਾਰ ਮੈਂ ਉਹ ਮਠਾਰੂ ਸਾਹਿਬ ਡਰੈਸ ਤੇ ਬਹੁਤ ਘੈਂਟ ਲੱਗਣ ਡਈ ਆ ਪਰ ਪਾਉਂਦੇ ਆ ਨਹੀਂ ਵਿਖਾਇਆ ਕਿ ਹਾਂ ਵੀ ਡਰੈਸ ਕਿੱਦਾਂ ਪਾਈ ਦੀ ਆ ਉਹ ਵੀ ਦੱਸਣਾ ਸੀ ਨਾ ਡਰੈਸ ਤੇ ਤੂੰ ਦੱਸਤਾ ਕਿ ਹਾਂ ਵੀ ਦੱਸੋ ਕਿੱਦਾਂ ਦੀ ਲੱਗਦੀ ਲੱਗਣ ਦੀ ਬੜੀ ਐਂਟ ਡਈ ਪਰ ਉਹ ਪਾਉਂਦੇ ਵੀ ਦਿਖਾਉਣੀ ਸੀ ਨਾ ਕਿੱਦਾਂ ਪਾਈ ਆ ਡਰੈਸ ਯਾਰ ਆਹ ਗੱਲ ਮਾੜੀ ਤੇਰੀ ਏਹੇ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਆਹ ਹੇਅਰ ਸਟਾਈਲ ਦੱਸੇ ਸਾਰੇ ਜਣੇ ਆ ਸਹੀ ਲੱਗਦਾ ਨਾ ਹਾਂ ਬਹੁਤ ਵਧੀਆ ਲੱਗਣ ਡਿਆ ਹੇਅਰ ਸਟਾਈਲ ਜੇ ਕਿਸੇ ਨੇ ਕਹਿਤਾ ਕਿ ਹਾਂ ਵੀ ਨਹੀਂ ਵਧੀਆ ਲੱਗਣ ਡਿਆ ਫਿਰ ਟਿੰਡ ਕਰਾ ਦੇਣਾ ਇਹਦੀ ਮੋਠੂ ਸਾਹਿਬ ਨੇ ਤੇ ਰੇੜਦੇ ਰਹਿਣਾ ਵਾ ਹਾਂ ਵੀ ਕਦੀ ਜਨਾਨੀ ਨੂੰ ਕੱਪੜੇ ਪਵਾ ਲਏ ਕਦੀ ਲਵਾ ਲਏ ਇਹ ਬੰਦਾ ਏਡਾ ਵਿਊਆਂ ਲਈ ਕਿ ਹਾਂ ਵੀ ਕੁਝ ਵੀ ਕਰ ਸਕਦਾ ਵਾ ਵਿਊਆਂ ਲਈ ਪਰ ਵਿਊਆਂ ਲਈ ਵਿਊਆਂ ਤਾਂ ਮੈਨੂੰ ਚੇਤਾ ਆਇਆ ਵਿਊਆਂ ਲਈ ਹੋਰ ਵੀ ਬੰਦੇ ਹੈਗੇ ਆ ਜਿਹੜੇ ਕੁਝ ਵੀ ਕਰ ਸਕਦੇ ਆ ਪੈਸਾ ਪੂਸਾ ਤਾਂ ਨਹੀਂ ਐਵੇਂ ਅੱਖਾਂ ਜੋੜਿਆ ਨਹੀਂ ਰੱਜ ਕੇ ਕਮਾਈਆਂ ਯਾਰੀਆਂ ਇਹ ਕਿਹੜਾ ਟੈਟੂ ਆ ਕਿ ਹਾਂ ਵੀ ਉਹ ਵੇਚੀ ਵੜ ਚੱਲਿਆ ਸੀ ਵੀ ਜ਼ਿੰਦਗੀ ਚੋਂ ਕੱਟਦੇ ਜੋ ਵੇਖਦੇ ਚਲਾਉਂਦੇ ਯਾਰੀਆਂ ਉਹ ਵੀਰ ਧਿਆਨ ਨਾ ਕਿੱਥੇ ਬੜੀ ਜਾਣ ਡਿਆ ਵਾ ਧਿਆਨ ਨਾ ਬਣਾ ਟੈਟੂ ਜੋ ਇੱਥੇ ਟੈਟੂ ਬਣਾਉਣ ਦੀ ਕਿਹਨੂੰ ਲਾ ਕੇ ਵਿਖਾਉਣਾ ਵਾ ਯਾਰ ਜਿੱਥੇ ਕਿਸੇ ਨੇ ਵੇਖਣਾ ਹੀ ਨਹੀਂ ਉਹ ਟੈਟੂ ਬਣਾਉਣ ਦਾ ਕੀ ਫਾਇਦਾ ਹਾਂ ਜੋ ਨਜ਼ਾਰੇ ਤੇ ਸਾਰਾ ਟੈਟੂ ਵਾਲਾ ਲੈ ਗਿਆ ਸਤਿ ਸ਼੍ਰੀ ਅਕਾਲ ਵੀਰੇ ਆ ਕਮੈਂਟ ਪੜ੍ਹੋ ਪਹਿਲਾਂ ਥੱਲੇ ਖੁਸਰਾ ਭੈਣ ਦੇ ਯਾਰੋ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਕਦੀ ਕੋਈ ਕਮੈਂਟ ਕਰਦੇ ਨੇ ਕਦੀ ਕੋਈ ਕਰਦੇ ਨੇ ਕਦੀ ਖੁਸਰਾ ਕਦੀ ਲੌਂਡਾ ਕਦੀ ਫਲਾਣਾ ਕਦੀ ਟਿਮਕਾ ਨਹੀਂ ਲੋਕਾਂ ਨੂੰ ਗਾਲਾਂ ਕੱਢਣ ਆ ਜਿੱਦਾਂ ਦੇ ਤੇਰੇ ਕੰਮ ਆ ਹੋ ਤਿੰਨ ਸਾਲ ਗਏ ਤੇਰੇ ਨਾਲ ਵਿਆਹੀ ਨੂੰ ਤੂੰ ਹੈ ਹੀ ਲੱਗਣੀ ਉਹ ਡਿਆ ਵਾ ਟੈਂਪੂ ਉਹਦੇ ਗਲਤ ਉਹਨੇ ਕਮੈਂਟ ਗਲਤ ਕਰਤਾ ਉਹਨੂੰ ਟੈਂਪੂ ਕਰਨਾ ਚਾਹੀਦਾ ਸੀ ਤੈਨੂੰ ਕਮੈਂਟ ਤੇ ਐਕਸ਼ਨ ਵੇਖਿਓ ਵੀਰ ਤੇ ਓਏ ਹੋਏ 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 ਜਾਲਮਾ ਕਿੱਥੋਂ ਸਿੱਖਿਆ ਇੰਨਾ ਵਧੀਆ ਭੰਗੜਾ ਕਿੱਥੋਂ ਸਟੈਪ ਨਿਕਲਦੇ ਨੇ ਇਹਦੇ ਓਏ ਹੋਏ ਹੋਏ ਢੋਲ ਬੜਾ ਹੀ ਐਂਡ ਵਜਾਉਣਾ ਪਿੱਛੋਂ ਤੋਂ ਭੈਣ ਚ ਢੋਲ ਇੱਕ ਵਾਰੀ ਫੇਰ ਚੈੱਕ ਕਰੋ ਢੋਲ ਓਏ ਹੋਏ ਹੋਏ ਪਤੰਦਰਾ ਤੇਰਾ ਹੀ ਢੋਲ ਭੈਣ ਚ ਸਾਰੇ ਢੋਲੀ ਫੇਲ ਕਰ ਛੱਡੇ ਤੂੰ ਜਿਹੜਾ ਤੂੰ ਪਿੱਛੋਂ ਢੋਲ ਵਜਾਉਣਾ ਨਾ ਓਏ ਹੋਏ ਹੋਏ ਮੇਰਾ ਵੀਰ ਇਲਾਜ ਕਰਾ ਤੇਰੇ ਪਿੱਛੇ ਥੋੜਾ ਕੁਝ ਫਸਿਆ ਨਾ ਉਹਨੂੰ ਇਲਾਜ ਕਰਾ ਤੇਰਾ ਢੋਲ ਹੋਰ ਵਧੀਆ ਵੱਜੂਗਾ ਇਹ ਤੇ ਹੈਗਾ ਹੀ ਹੈਗਾ ਇੱਕ ਐਟਮ ਹੋਰ ਚੈੱਕ ਕਰੋ ਕਿਹੜੀ ਜਿੰਦ ਸੋਲ ਜਿਹੀ ਜਿੰਦ ਮੱਛੀ ਵਾਂਗੂ ਮਾਮਾ ਡੱਡੂ ਵਰਗਾ ਤੇਰਾ ਮੂੰਹ ਆ ਧਿਆਨ ਨਾਲ ਚੈੱਕ ਕਰ ਆਪਣੀ ਮਸ਼ੂਕ ਨੂੰ 10,000 ਰੁਪਏ ਦੀ ਸ਼ਾਪਿੰਗ ਕਰਾਈ ਤੇ ਫੇਰ ਕੀ ਹੋਇਆ ਕੁੱਤੀ ਮੈਨੂੰ ਛੱਡ ਕੇ ਚਲੇਗੀ ਉਹ ਤੇਰਾ ਭਲਾ ਇਹ ਤੇ ਫੇਰ ਨੁਕਸਾਨ ਹੋ ਗਿਆ ਪਰ ਇਹ ਗੱਲ ਦੱਸਾਂ ਹਾਂ ਦੱਸ ਅੱਜ ਮਾ ਦੇ ਬਰਾਤ ਤੋਂ 13,000 ਰੁਪਏ ਲੁੱਟੇ ਉਹ ਤੇਰੀ ਪਤੰਦਰਾ ਤੂੰ ਤੇ ਆਤੀ ਕਰਾਤੀ ਮਾਮਾ 3,000 ਦਾ ਵਾਅਦਾ ਕਰ ਲਈ ਉਹ ਚੱਲ ਫੇਰ ਹੋਰ ਕੋਈ ਸੈੱਟ ਕਰ ਜਾ ਹੁਣ
ਸੋ ਇੱਕ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਬਾਏ।